ਨਗਰ ਵਾਲੇ ਆਓ ਵੀ, ਨਗਰ ਵਾਲੇ ਆਓ। ਬਲਵਿੰਦਰ ਸਿੰਘ ਜੀ ਕਾਲਵਾ, ਮੈਨੇਜਰ ਸਾਹਿਬ ਸਰਦਾਰ ਜਸਪਾਲ ਸਿੰਘ ਜੀ, ਗੁਰਦੁਆਰਾ ਪੀਰ ਬਾਬਾ ਬੁੱਢਾ ਸਾਹਿਬ, ਇਸ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬ ਜਿਵੇਂ ਜਸਵੀਰ ਸਿੰਘ ਜੀ ਖਾਲਸਾ, ਔਰ ਸਾਡੇ ਬਹੁਤ ਹੀ ਸਾਥਜੋੜ ਸਾਬਕਾ ਇੰਸਪੈਕਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਸੀ ਸਾਹਿਬ, ਇਸੇ ਤਰ੍ਹਾਂ ਜਿਹੜਾ ਇੱਕ ਅਫਸਰ ਹੀ ਨਹੀਂ ਬਲਕਿ ਗੁਰੂ ਕੇ ਸਿੱਖ ਵੀ ਨੇ, ਗੁਰੂ ਦਾ ਦਰਦ ਵੀ ਰੱਖਦੇ ਨੇ, ਉਹਨਾਂ ਨੇ ਸਾਰਾ ਇਹ ਕਾਰਜ ਨੂੰ ਆਪਣੇ, ਇਸ ਵਾਸਤੇ ਅੱਜ ਤੋਂ ਹੀ ਇੱਕ ਗੁਰੂ ਦੀ ਹਜ਼ੂਰੀ ਤੇ ਸਰਨ ਕਰ ਲਓ ਕਿ ਅਸੀਂ ਇਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ, ਭਾਵੇਂ ਉਹਨੇ ਅਭਿਆਨਤਾ ਵੱਸ ਕੀਤਾ ਹੋਵੇ, ਭਾਵੇਂ ਉਹਨੇ ਜਾਣ ਬੁੱਝ ਕੇ ਕੀਤਾ ਹੋਵੇ, ਜੇ ਅਸੀਂ ਟੀਚਾ ਮਿਲ ਕੇ ਚੱਲਦੇ ਹਾਂ ਤੇ ਗੁਰੂ ਜ਼ਰੂਰ ਕਿਰਪਾ ਕਰੂੰਗਾ। ਸੋ ਜੇ ਭਾਈ ਸਾਹਿਬ ਨੇ ਕਿਹਾ ਸੀ ਅੱਜ ਜਿੰਨਾ ਵੀ ਆਪਾਂ ਉਂਗਲੀ ਰੱਖਦੀ ਹੈ, ਫਿਰ ਤੁਸੀਂ ਇਜਾਜ਼ਤ ਦਿਓ, ਫਿਰ ਆਪਾਂ ਗੁਰੂ ਸਾਹਿਬ ਦੇ ਹਜ਼ੂਰ ਅਰਦਾਸ ਕਰਕੇ ਅਗਲੀ ਕਾਰਵਾਈ ਜੋ ਹੈ ਉਹ ਕਰ ਸਕੀਏ। ਵਾਹਿਗੁਰੂ। ਥੋੜਾ ਜਿਹਾ ਕਰ ਲਓ ਹੁਣ, ਅੱਜ ਜੋ ਵੀ ਖਾਲੜਾ ਨਗਰ ਦੇ ਵਿੱਚ ਘਟਨਾ ਵਾਪਰੀ ਹੈ ਬੜੀ ਦੁਖਦਾਇਕ ਹੈ, ਔਰ ਬੜਾ ਸੁਣ ਵੇਖ ਕੇ ਮਨ ਨੂੰ ਦੁੱਖ ਹੋਇਆ। ਇਹ ਚਾਹੇ ਕਿਸੇ ਨੇ ਜਾਣ ਬੁੱਝ ਕੇ ਜਾਂ ਅਗਿਆਨਤਾ ਦੇ ਵੱਸ ਜੋ ਵੀ ਗੁਟਕਾ ਸਾਹਿਬ ਜੀ ਦਾ ਜੋ ਸੰਸਕਾਰ ਕਰਨ ਦਾ ਯਤਨ ਕੀਤਾ, ਛੇੜਛਾੜ ਕੀਤੀ ਹੈ, ਜਿਹਦੇ ਵਿੱਚ ਕੁਝ ਅਖਬਾਰ ਦੇ ਟੁਕੜੇ ਵੀ ਮਿਲੇ ਨੇ, ਕੁਝ ਲਿਟਰੇਚਰ ਵੀ ਮਿਲਿਆ, ਕੁਝ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਕ ਨੇ ਜਿਹੜੇ ਸੜੇ ਹੋਏ ਪਾਏ ਗਏ ਨੇ। ਸੋ ਪ੍ਰਸ਼ਾਸਨ ਦੇ ਵੱਲੋਂ ਯਕੀਨ ਦਵਾਇਆ ਗਿਆ ਹੈ, ਔਰ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰਿਆਂ ਦੇ ਵੱਲੋਂ ਅੱਜ ਇੱਕ ਤਹੱਈਆ ਕੀਤਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਜਿਹੜੀਆਂ ਦਿਨ ਪ੍ਰਤੀ ਦਿਨ ਵਾਪਰ ਰਹੀਆਂ ਨੇ ਇਹਨਾਂ ਨੂੰ ਬੜੀ ਸ਼ਹਿਰਤਾ ਨਾਲ ਲਿਆ ਜਾਵੇ, ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਅੱਗੇ ਤੋਂ ਕੋਈ ਵੀ ਕਾਰਵਾਈ ਨਾ ਹੋਵੇ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਵੇ। ਸੋ ਪ੍ਰਸ਼ਾਸਨ ਨੇ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਤੇ ਬਹੁਤ ਜਲਦੀ ਜਿਹੜੇ ਨੇ ਉਹ ਦੋਸ਼ੀ ਫੜੇ ਜਾਣਗੇ, ਕਿਉਂਕਿ ਨਗਰ ਵਾਲੇ ਵੀਰਾਂ ਨੇ ਵੀ ਇਸ ਗੱਲ ਦੇ ਵਿੱਚ ਉਤਸ਼ਾਹ ਦਿਖਾਇਆ ਤੇ ਸਹਿਯੋਗ ਕਰ ਰਹੇ ਨੇ। ਅੱਜ ਜਿਹੜੀ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਪ੍ਰਸ਼ਾਸਨ ਦੇ ਮੁਲਾਜ਼ਮ ਹੀ ਨੇ, ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਨਗਰ ਦੇ ਵੀ ਨਾਲ ਵੀਰ ਨੇ, ਇਹ ਸਾਰੀ ਜਿਹੜੀ ਕਮੇਟੀ ਬਣੀ ਹੋਈ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਔਰ ਜਲਦੀ ਤੋਂ ਜਲਦੀ ਦੋਸ਼ੀ ਜਿਹੜੇ ਉਹ ਸਾਹਮਣੇ ਲਿਆਂਦੇ ਜਾਣਗੇ, ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਛੇੜਖਾਨੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ। ਹਰ ਇੱਕ ਸਿੱਖ ਨੂੰ ਜਿੱਥੇ ਵੀ ਬੈਠਾ ਹੋਇਆ ਉਹਨੂੰ ਬੜੀ ਸ਼ਹਿਰਤਾ ਨਾਲ ਚੱਲਣਾ ਚਾਹੀਦਾ ਹੈ, ਹਰ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ, ਗੁਰਦੁਆਰਿਆਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇਸ ਪਾਸੇ ਨੂੰ ਧਿਆਨ ਦੇਣਾ ਚਾਹੀਦਾ ਹੈ।
ਔਰ ਜਿਹੜੇ ਵੀ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨੇ, ਕਿਸੇ ਵੀ ਧਰਮ ਨੂੰ ਮੰਨਦੇ ਨੇ, ਹਾਂ ਉਹ ਗੁਰਬਾਣੀ ਨੂੰ ਨਹੀਂ ਪੜ੍ਹਨਾ ਚਾਹੁੰਦੇ, ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਬੜੇ ਸਤਿਕਾਰ ਸਹਿਤ ਬਿਰਧ ਗੁੱਟ ਕੇ ਪੋਥੀਆਂ ਜਿਹੜੇ ਨੇ ਉਹ ਗੁਰੂ ਘਰਾਂ ਦੇ ਵਿੱਚ ਪਹੁੰਚਾ ਦੇਣ, ਤਾਂ ਕਿ ਗੁਰੂ ਗ੍ਰੰਥ ਸਾਹਿਬ ਇਕੱਲਾ ਸਿੱਖਾਂ ਦਾ ਗੁਰੂ ਨਹੀਂ, ਸਮੁੱਚੀ ਮਾਨਵਤਾ ਦਾ ਗੁਰੂ ਹੈ, ਔਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਸਤਿਕਾਰ ਕਰ ਲਈਏ ਓਨਾ ਹੀ ਥੋੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਣੀ ਦੇ ਵਿੱਚ ਗਲੀ ਦੇ ਵਿੱਚ ਕੋਈ ਗੁਟਕਾ ਸਾਹਿਬ ਦੇ ਅੰਗਾਂ ਦੇ ਜਿਹੜੇ ਆ ਅੰਗ ਮਿਲੇ ਸੀ, ਜਿਹੜੇ ਕੋਈ ਬਿਰਧ ਸਨ, ਕੋਈ ਜਲੇ ਹੋਏ ਸਨ, ਜਿਨ੍ਹਾਂ ਦੇ ਤਹਿਤ ਜਿਹੜੇ ਐਸ ਐਚ ਓ ਵੱਲੋਂ ਮੁਕਦਮਾ ਨੰਬਰ 13 ਅੰਡਰ ਸੈਕਸ਼ਨ 295 ਤਹਿਤ ਦਰਜ ਕਰ ਦਿੱਤਾ ਗਿਆ, ਜਿਹਦੇ ਸਬੰਧ 'ਚ ਜਿਹੜੇ ਅੰਗ ਸੀ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰ ਬਲਵਿੰਦਰ ਸਿੰਘ ਅਤੇ ਮੈਨੇਜਰ ਦਰਬਾਰ ਸਾਹਿਬ ਬਾਬਾ ਵੱਡਾ ਸਾਹਿਬ ਅਤੇ ਸਤਿਕਾਰ ਕਮੇਟੀ ਭਾਈ ਜਸਵੀਰ ਸਿੰਘ ਜੀ ਖਾਲਸਾ ਅਤੇ ਉਹਨਾਂ ਦੀ ਟੀਮ ਅਤੇ ਹੋਰ ਵੀ ਸਿੱਖ ਵਧੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਹਾਜ਼ਰੀ 'ਚ ਗੁਰਮਰਜ਼ਾਦਾ ਦੇ ਅਨੁਸਾਰ ਜਿਹੜੇ ਅੰਗ ਹੈ ਉਹਨਾਂ ਨੂੰ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਵਾ ਅਤੇ ਅਦਾਲਤ ਵੱਲੋਂ ਇਹਦੇ ਸਬੰਧ 'ਚ ਮਨਜ਼ੂਰੀ ਲੈ ਲਈ ਗਈ ਹੈ। ਇਹਦੇ ਸਬੰਧ ਦੇ ਵਿੱਚ ਜਿਹੜੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਇੱਕ ਸਿੱਟ ਬਣਾਈ ਗਈ ਆ, ਜਿਹਦੇ ਵਿੱਚ ਲੋਕਲ ਕੁਝ ਬੰਦੇ ਜਿਹੜੇ ਆ ਉਹਨਾਂ ਦਾ ਵੀ ਨਾਲ ਸਹਿਯੋਗ ਲਿਆ ਜਾ ਰਿਹਾ, ਜਿਹਦੇ ਤਹਿਤ ਵੱਖ ਵੱਖ ਪਾਰਟੀਆਂ ਬਣਾ ਕੇ ਵੱਖ ਵੱਖ ਅੰਗਾਂ ਤੋਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਉਹਨਾਂ ਨੂੰ ਜਲਦੀ ਟਰੇਸ ਕਰਨ ਦੀ ਉਪਰਾਲੇ ਕੀਤੇ ਜਾ ਰਹੇ। ਇਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਨੇ ਬੈਠ ਕੇ ਕਾਫੀ ਢਨੋਵਾਈ ਨਾਲ ਚਿੰਤਨ ਕੀਤਾ ਕਿ ਤਾਂ ਜੋ ਗੁਟਕਾ ਸਾਹਿਬ ਆ ਜਾਂ ਗੁਰਮਰਜ਼ਾਦਾ ਦੇ ਜੋ ਵੀ ਨੇ ਆਪਾਂ ਧਾਰਮਿਕ ਜਿਹੜੇ ਪੁਸਤਕਾਂ ਨੇ ਆਪਾਂ ਜਾਂ ਗ੍ਰੰਥ ਨੇ ਆਪਾਂ ਘਰ 'ਚ ਰੱਖਦੇ ਹਾਂ ਉਹਨਾਂ ਨੂੰ ਕਿੱਦਾਂ ਸੇਵਾ ਸੰਭਾਲ ਕਰਨੀ ਆ, ਅਤੇ ਜਦੋਂ ਉਹ ਬਿਰਧ ਹੋ ਜਾਂਦੇ ਆ ਜਾਂ ਕਿਸੇ ਘਟਨਾ ਵਾਪਰ ਜਾਂਦੀ ਆ, ਕੋਈ ਅੱਗ ਲੱਗ ਜਾਏ ਜਾਂ ਕੋਈ ਹੋ ਜਾਂਦੀ, ਤੇ ਉਹਨਾਂ ਨੂੰ ਕਿੱਥੇ ਤੇ ਕਿਸ ਤਰ੍ਹਾਂ ਉਹਦਾ ਜਿਹੜਾ ਸਤਿਕਾਰ ਤਹਿਤ ਕਿੱਥੇ ਉਹਨਾਂ ਨੂੰ ਜਮ੍ਹਾਂ ਕਰਾਉਣਾ ਹੁੰਦਾ, ਇਹਦੇ ਸਬੰਧ ਵਿੱਚ ਜਥੇਬੰਦੀਆਂ ਵੱਲੋਂ ਘਰ ਘਰ ਜਾ ਕੇ ਇਸ ਇਲਾਕੇ 'ਚ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ।